ਦੇਖੋ ਜੀ, ਆਪਾਂ ਡੱਬੀ ਦੇ ਉੱਪਰੋਂ ਸਟਿੱਕਰ ਉਤਾਰਨਾ ਹੈ, ਜੇ ਆਪਾਂ ਨੋਰਮਲੀ ਐਵੇਂ ਉਤਾਰਾਂਗੇ ਅਤੇ ਜਿਹੜਾ ਸਟਿੱਕਰ ਆ ਉਹ ਫਟ ਜਾਂਦਾ ਅਤੇ ਪੂਰਾ ਨਹੀਂ ਉਤਰ ਪਾਉਂਦਾ। ਅਤੇ ਮੈਂ ਕੀ ਕੀਤਾ ਕਿ ਮੈਂ ਡੱਬੀ ਦੇ ਉੱਪਰ ਥੋੜ੍ਹਾ ਜਿਹਾ ਰਿਫਾਈਨ ਲਾ ਕੇ 2-3 ਦਿਨ ਲਈ ਰੱਖ ਦਿੱਤਾ ਸੀਗਾ, ਜੋ ਸਾਡਾ ਨੋਰਮਲ ਵੈਜੀਟੇਬਲ ਓਇਲ ਹੁੰਦਾ, ਵੈਜੀਟੇਬਲ ਓਇਲ ਜਿਹੜਾ ਰਿਫਾਈਨਡ ਵਾਲਾ, ਉਹ ਲਗਾ ਕੇ ਜ਼ਿਆਦਾ ਲਗਾ ਕੇ ਰੱਖ ਦਿੱਤਾ। ਇੱਥੇ 2-3 ਦਿਨ ਹੋ ਗਏ ਨੇ ਇਹਨੂੰ, ਹੁਣ ਦੇਖੋ ਜੀ ਇਹ ਜਿਹੜਾ ਸਟਿੱਕਰ ਆ ਉਹ ਕਿੰਨੀ ਆਸਾਨੀ ਨਾਲ ਉਤਰ ਜਾਏਗਾ। ਇਹ ਦੇਖੋ ਜੀ ਕਿੰਨੀ ਆਰਾਮ ਨਾਲ ਉਤਰ ਰਿਹਾ, ਔਰ ਸ਼ੀਸ਼ੇ ਦੇ ਉੱਪਰ ਬਿਲਕੁਲ ਵੀ ਕੋਈ ਨਿਸ਼ਾਨ ਨਹੀਂ ਛੱਡ ਰਿਹਾ। ਤੁਸੀਂ ਕੀ ਕਰਨਾ ਹੈ, ਸਟਿੱਕਰ ਦੇ ਉੱਪਰ ਰਿਫਾਈਨ ਲਾ ਕੇ ਰੱਖ ਦਿਓ, ਔਰ 2-3 ਦਿਨ ਬਾਅਦ ਆਸਾਨੀ ਨਾਲ ਸਟਿੱਕਰ ਜਿਹੜਾ ਉਤਰ ਜਾਏਗਾ। ਇਹ ਦੇਖੋ ਬਿਲਕੁਲ ਸਾਫ਼ ਹੋ ਗਿਆ, ਰਿਫਾਈਨ ਨੂੰ ਤੁਸੀਂ ਬਾਅਦ 'ਚ ਪਾਣੀ ਨਾਲ ਸਾਫ਼ ਕਰ ਸਕਦੇ ਹੋ। ਅਤੇ ਉੱਪਰ ਵੀ ਮਿਲਾ ਦਿੱਤਾ ਸੀ, ਪਹਿਲੇ ਉੱਤਰ ਨਹੀਂ ਸੀ ਰਿਹਾ, ਹੁਣ ਸ਼ਾਇਦ ਆਸਾਨੀ ਨਾਲ ਦੇਖੋ ਜੀ ਉੱਤਰ ਗਿਆ। ਰਿਫਾਈਨ ਜਿਹੜਾ ਇਹਦੀ ਗਲਿਊ ਨੂੰ ਘੋਲ ਦਿੰਦਾ, ਔਰ ਇਹਦੇ ਕਰਕੇ ਜਿਹੜਾ ਸਟਿੱਕਰ ਆ ਚੰਗੀ ਤਰ੍ਹਾਂ ਉੱਤਰ ਜਾਂਦਾ। ਇਹ ਦੇਖੋ ਸ਼ੀਸ਼ੀ ਸਾਫ਼ ਹੋ ਗਈ।